ਤਾਂ ਇਹ ਨੂਣ ਨੂਣ ਦਿੱਤਾ ਜਾ ਰਿਹਾ ਨਾਲ ਦੀ ਨਾਲ ਨੂਣ, ਕਿਉਂਕਿ ਜਿਹਨਾਂ ਦੇ ਅੱਖਾਂ ਦੇ ਵਿੱਚ ਧੂੰਆਂ ਪੈ ਗਿਆ, ਜਿਹਨਾਂ ਨੂੰ ਇਹ ਚੀਜ਼ਾਂ ਨੇ ਅਤੇ ਉਹ ਖਾ ਲੈਣ, ਉਲਟੀ ਆ ਜਾਵੇ, ਜ਼ਹਿਰ ਜਿਹੜਾ ਉਹ ਅੰਦਰ ਨਾ ਬਣੇ। ਇਹ ਤਸਵੀਰਾਂ ਨੇ ਤੁਹਾਨੂੰ ਸ਼ੰਭੂ ਬੈਰੀਅਰ ਤੋਂ ਬਹੁਤ ਮੁਸ਼ਕਲ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਬਈ ਇਹ ਨਮਕ ਦਿੱਤਾ ਜਾ ਰਿਹਾ, ਇਹ ਕੀ ਇਹਦੇ ਨਾਲ ਜੀ ਸਾਹ ਨਹੀਂ ਚੜ੍ਹਦਾ ਜੀ, ਸਾਹ ਲੈਣ 'ਚ ਦਿੱਕਤ ਆਉਂਦੀ ਹੈ, ਜਿੱਦਾਂ ਧੂੰਆਂ ਚੜ੍ਹਦਾ ਇਹਦੇ ਨਾਲ ਹਟ ਜਾਂਦਾ ਜੀ ਇਹਦੇ। ਤਾਂ ਇਹਨਾਂ ਦਾ ਕਹਿਣਾ ਕਿ ਜੋ ਸਾਹ ਚੜ੍ਹਦਾ ਉਹ ਪ੍ਰੋਬਲਮ ਨਹੀਂ ਆਉਂਦੀ, ਇਹਦੇ ਨਾਲ ਸੌਖਾ ਰਹਿੰਦਾ। ਤਸਵੀਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ। ਤਾਂ ਲਗਾਤਾਰ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਸ਼ੰਭੂ ਬੈਰੀਅਰ 'ਤੇ। ਸਹਿਜਪਾਲ ਬਰਾੜ ਸਾਡੇ ਨਾਲ ਨੇ, ਬਈ ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਹਾਂ ਬਹੁਤ ਵਧੀਆ। ਤੁਹਾਡੇ ਵੀ ਅੱਖਾਂ ਦੇ ਵਿੱਚ ਹੁਣੀ ਮੈਨੂੰ ਲੱਗਦਾ ਅਥਰੂ ਗੈਸ ਦੇ ਗੋਲੇ ਪਏ ਨੇ, ਤੁਹਾਨੂੰ ਕੀ ਲੱਗਦਾ ਇਹ ਕਿਸ ਚੀਜ਼ ਦੇ ਨਾਲ ਜਵਾਬ ਦੇਣੇ ਪੈਣੇ ਆਉਣ ਵਾਲੇ ਟਾਈਮ ਦੇ ਵਿੱਚ? ਜਵਾਬ ਇੱਦਾਂ ਹੀ ਹੈ ਜੀ, ਮੇਰੇ ਹਿਸਾਬ ਨਾਲ ਤਾਂ ਇਹ, ਮੈਂ ਤਾਂ ਅੱਗੇ ਇਹ ਗੱਲ ਸੋਚ ਰਿਹਾ ਸੀਗਾ ਵੀ ਹੁਣ ਬਾਰਡਰ ਜਿੱਦਾਂ ਬੰਦ ਕਰਦੇ ਆ, ਇਹੀ ਹੈ ਵੀ ਪੰਜਾਬ ਨੂੰ ਵੱਖਰਾ ਰੱਖ ਕੇ ਬਾਰਡਰ ਬੰਦ ਕਰਤਾ। ਜੇ ਹੁਣ ਅੱਗੇ ਜਾਂਦੇ ਹਾਂ ਆਪਾਂ, ਨੋਰਮਲ ਗੱਲ ਹੈ, ਲੋਕਤੰਤਰ ਦੇ ਵਿੱਚ ਰਹਿੰਦੇ, ਅਸੀਂ ਆਪਦੀ ਆਵਾਜ਼ ਰੱਖਣੀ ਹੈ, ਲੋਕਤੰਤਰ ਤਾਂ ਆਵਾਜ਼ ਅਸੀਂ ਹੈ, ਅਸੀਂ ਦਿੱਲੀ ਨੂੰ ਜਾ ਕੇ ਕਹਿ ਸਕਦੇ ਹਾਂ ਸਾਡੀ ਆਹਾ ਭਾਈ ਜੀ ਸਾਨੂੰ ਨਹੀਂ ਮਿਲ ਰਿਹਾ, ਜੋ ਤੁਸੀਂ ਜਿਵੇਂ ਰਾਗੀ 'ਤੇ ਆ ਜਾਂ ਹੋਰ ਜਵਾਰ ਬਾਜ ਰਹੇ, ਅਤੇ MSP ਆ ਸਾਨੂੰ MSP ਦੇਣੀ ਹੈ, ਹੈ ਨਾ, ਗੱਲ ਰੱਖਣ ਲਈ ਅਸੀਂ ਦਿੱਲੀ ਜਾਣਾ। ਦਿੱਲੀ ਜਾਣ ਲੱਗੇ ਹਾਂ ਤਾਂ ਹੁਣ ਪਿੱਛੇ ਜਿਹਾ ਡਰੋਨ ਆਇਆ, ਘੱਟੋ ਘੱਟ 10-11 ਇਹਨੇ ਆਂਸੂ ਗੈਸ ਦੇ ਜਿਹੜੇ ਹੈਗੇ ਆ ਗੋਲੇ ਚਲਾਏ ਆ। ਨੋਰਮਲ ਗੱਲ ਆ, ਸਾਰੀ ਸੰਗਤ ਸਭ ਸਹੀ ਹੋਈ ਖੜੀ ਆ, ਅਤੇ ਜੇ ਨਹੀਂ ਜਾਣ ਦਿੰਦੇ ਤਾਂ ਮੈਂ ਤਾਂ ਇੱਕੋ ਕਹਿੰਦਾ ਵੀ ਆ ਪੰਜਾਬੀਆਂ ਨੂੰ ਵੀ ਆਪ ਜੀ ਇੱਥੇ ਲਾਓ ਪੱਕੀ ਤਾਰ, ਅਤੇ ਜਿਹੜਾ ਉੱਧਰੋਂ ਆਉਂਦਾ ਤਾਂ ਇੱਧਰੋਂ ਗ੍ਰਨੇਡ ਛੱਡ ਦਿਓ, ਜਦੋਂ ਅਗਲੇ ਨਹੀਂ ਸਾਨੂੰ ਨਾਲ ਆਪਦਾ ਸਮਝਦੇ ਨਹੀਂ, ਸਾਨੂੰ ਤਾਂ ਇੱਦਾਂ ਸਮਝਦੇ ਵੀ ਜਮੇ ਅਸੀਂ ਕਿਸੇ ਹੋਰ ਹੀ ਵੱਖਰੇ ਲਾਣੇ 'ਚੋਂ ਹਾਂ, ਅਸੀਂ ਆਪ ਨਹੀਂ ਇਹ ਕਹਿੰਦੇ ਗਏ ਜੀ। ਹੁਣ ਬਾਅਦ 'ਚ ਕਹਿੰਦੇ ਵੀ ਇਹ ਪੰਜਾਬ ਵਾਲੇ ਖਾਲਿਸਤਾਨੀ ਹੈ, ਜੇ ਇਹਨਾਂ ਨੂੰ ਲੱਗਦਾ ਆਹ ਦੁਬਾਰਾ ਫਿਰ ਆ ਗਿਆ, ਆਹ ਦੁਬਾਰਾ ਫਿਰ ਆ ਗਿਆ, ਦੇਖ ਲਓ। ਜੇ ਸਾਨੂੰ ਇੱਦਾਂ ਕਰਦੇ ਤਾਂ ਮੈਂ ਤਾਂ ਪੰਜਾਬੀਆਂ ਨੂੰ ਉਹਨਾਂ ਘਰੇ ਰੱਖੋ, ਅਸਲੇ ਆਪਦੇ ਹਰੇਕ ਦੇ ਘਰੇ ਆ, ਅਤੇ ਆਪਾਂ ਨੂੰ ਜੇ ਇੰਡੀਆ ਦਾ ਨਹੀਂ ਪਹੁੰਚਦੇ ਤਾਂ ਤੁਹਾਨੂੰ ਕੀ ਲੱਗਦਾ? ਡਿਫੈਂਸ ਵਜੋਂ ਤਾਂ ਬੜੀਆਂ ਚੀਜ਼ਾਂ ਵਰਤੀਆਂ ਜਾ ਰਹੀਆਂ ਨੇ, ਕਈਆਂ ਨੇ ਗਿੱਲੀਆਂ ਬੋਰੀਆਂ ਕੀਤੀਆਂ ਹੋਈਆਂ ਨੇ ਬੜੀਆਂ ਚੀਜ਼ਾਂ ਨੇ, ਪਰ ਡਿਫੈਂਸ ਵਜੋਂ ਜੰਮੂ ਕਸ਼ਮੀਰ ਦੇ ਵਿੱਚ, ਜੰਮੂ ਵੀ ਨਹੀਂ ਕਸ਼ਮੀਰ ਦੇ ਵਿੱਚ ਵਰਤੀਆਂ ਜਾਂਦੀਆਂ ਸੀ ਪਹਿਲਾਂ ਅੱਜ ਤੋਂ 10 ਸਾਲ, ਤਾਂ ਉਹ ਵੀ ਕੀ ਕਰਦੇ ਸੀਗੇ, ਪੈਰਾਂ ਦੇ ਵਿੱਚ ਲਿਆ ਕੇ ਇਹ ਸਿੜਦੇ ਸੀ, ਪੈਰਾਂ ਦੇ ਵਿੱਚ ਲਿਆ ਕੇ ਉਹਨਾਂ ਦੇ ਜਿਹੜੇ ਅੱਤਵਾਦੀ ਅੱਗੋਂ ਵਾਕਿਆ ਆਪਦੀ ਗੰਨ ਲੈ ਕੇ ਖੜ੍ਹੇ ਹੁੰਦੇ ਸੀ, ਉਹ ਸਾਨੂੰ ਵਿਖਾਓ ਕਿ ਪੰਜਾਬੀ ਬੰਦਾ ਵੇਖੋ ਆਹ ਵਿਚਾਰਾ ਸਪੀਕਰ ਲਈ ਖੜ੍ਹਾ, ਇਹਦੇ ਕੋਲ ਝੰਡਾ, ਇੱਕ ਨੋਰਮਲ ਡਾਂਗ ਹੈ, ਹੁਣ ਇਹਨਾਂ ਵਾਸਤੇ ਅਸੀਂ ਉੱਪਰੋਂ ਸਪੈਸ਼ਲ ਸਾਨੂੰ ਡਰੋਨ ਮੰਗਵਾਉਣੇ ਪੈਣਗੇ, ਡਰੋਨ ਮੰਗਵਾ ਕੇ ਸਿਰ ਦੇ ਉੱਤੇ ਪਤਾ ਹੀ ਨਹੀਂ ਕਿਹੜੇ ਨੌਜਵਾਨ ਦੇ ਸਿਰ 'ਤੇ ਡਿੱਗ ਪੈਣਾ, ਠੀਕ ਆ ਨਾ, ਮੂੰਹ 'ਤੇ ਅਗਲਿਆਂ ਦੇ ਜਵਾਕਾਂ ਦੇ ਮੱਚੀ ਜਾਂਦੇ ਆ ਹਰੇਕ, ਇਹ ਉਦੋਂ ਹੁੰਦਾ ਵੀ ਸਿਆਣਿਆਂ ਦੇ ਆ ਵੀ ਅੰਤ ਅਤੇ ਜਿਹੜੀ ਅੱਤ ਹੁੰਦੀ ਨਾ ਇਹਦੀ ਬੜੀ ਨੇੜ ਦਾ ਰਿਸ਼ਤਾ, ਇਹ ਅੱਤ ਚੱਕ ਲਈ ਆ ਅਤੇ ਅੰਤ BJP ਕਹਿੰਦੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਕਿਸਾਨ ਹੀ ਨਹੀਂ ਤਿਆਰ ਹੈਗੇ ਕਿਸੇ ਪਾਸੇ ਨੂੰ, ਪਰ ਕੋਰਟ ਨੇ ਵੀ ਅੱਜ ਝਾੜ ਪਾਈ, ਕਹਿੰਦੇ ਰਾਹ ਕਿਉਂ ਬੰਦ ਕੀਤਾ, ਜੇ ਜਾਣਾ ਚਾਹੁੰਦੇ ਦਿੱਲੀ ਜਾਣ ਦਿਓ। ਬਿਲਕੁਲ, ਆਪਾਂ ਉਹੀ ਗੱਲ ਕੀਤੀ ਹੈ ਵੀ ਜਦੋਂ ਦਿੱਲੀ ਅਸੀਂ ਜਾਣਾ ਚਾਹੁੰਦੇ ਹਾਂ ਸਾਨੂੰ ਜਾਣ ਦਿਓ, ਅਸੀਂ ਇੰਡੀਆ ਦੇ ਵਿੱਚ ਜੇ ਸਾਡਾ ਪੰਜਾਬ ਇੱਕ ਸੂਬਾ ਹੈ ਤਾਂ ਅਸੀਂ ਹਿੱਸਾ ਅਸੀਂ ਗੱਲ ਰੱਖ ਸਕਦੇ ਹਾਂ, ਜੇ ਕੋਈ ਇੱਥੇ ਇੰਡੀਆ ਦਾ ਕੋਈ ਲੀਡਰ ਹੈ, ਸਮਝੇ ਗੱਲ, ਅਤੇ ਜੇ ਉਹਨਾਂ ਨੇ ਮਤਲਬ ਕਿਹਾ ਵੀ ਸਾਡੇ ਨਾਲ ਮੀਟਿੰਗਾਂ ਕਰਨੀਆਂ, ਜੇ ਤਾਂ ਫਿਰ ਇਹ ਵਤੀਰਾ ਕੀਤਾ ਕੋਈ ਜਾ ਰਿਹਾ, ਲੋਕ ਤਾਂ ਬੈਠੇ ਆ, ਸਾਡੇ ਕੋਲ ਕਿਹੜਾ AK-47 ਆ ਜਾਂ ਗ੍ਰਨੇਡ ਫੜੇ ਆ, ਨੋਰਮਲ ਬੰਦੇ ਆ, ਸਾਡੇ ਕੋਲ ਕੁਛ ਵੱਖਰਾ ਨਹੀਂ ਹੈ, ਸਾਡੇ ਕੋਲ ਕੁਛ ਵੱਖਰਾ ਨਹੀਂ ਹੈ ਵੀ ਜਿਹੜਾ ਸਾਡੇ ਨਾਲ ਇਹਨਾਂ ਨੂੰ ਇਹ ਸਪੈਸ਼ਲ, ਇਹਨਾਂ ਨੂੰ ਇਹ ਅਸਲੇ ਸਿੱਟਣੇ ਪੈਣ ਸਾਡੇ ਸਿਰਾਂ ਦੇ ਉੱਪਰ। ਤੁਸੀਂ ਹੱਥ ਦੇ ਵਿੱਚ ਕੋਈ AK-47 ਫੜੀ ਹੋਈ ਹੈ, ਗ੍ਰਨੇਡ ਗ੍ਰਨੂਡ ਫੜੇ ਹੋਏ ਆ? ਇਹ ਆਪਣਾ ਕਿਸਾਨੀ ਝੰਡਾ ਜੀ, ਇਹ ਸਪੀਕਰ ਨਾਲ ਨੌਜਵਾਨਾਂ ਨੂੰ ਰੋਕ ਰਹੇ ਹਾਂ ਵੀ ਨੌਜਵਾਨੋ, ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਚੰਡੀਗੜ੍ਹ, ਵੀ ਅੱਗੇ ਨਾ ਜਾਓ ਕਿਉਂਕਿ ਅਸੀਂ ਕੱਲ੍ਹ ਵੱਡਾ ਨੁਕਸਾਨ ਕਰਾ ਚੁੱਕੇ ਹਾਂ, 150 ਜਵਾਨ ਆ ਹਰਿਆਣੇ ਦਾ, ਪੰਜਾਬ ਦਾ, ਕੁੱਲ ਦੋਨਾਂ ਨੂੰ ਸੂਬੇ ਨੂੰ ਮਿਲਾ ਕੇ 150 ਜ਼ਖਮੀ ਹੋ ਗਿਆ ਜੀ। ਅੱਜ ਵੀ ਸਵੇਰੇ ਤੋਂ
ਇਹ ਅਥਰੂ ਗਾਂ ਦੇ ਗੋਲੇ, ਇਹ SRL ਦੇ ਫਾਇਰ, 315 ਦੇ ਫਾਇਰ, 12 ਬੋਰ ਦੇ ਫਾਇਲ ਕਰ ਰਹੀ ਹੈ CRPF। ਮੈਂ ਦੱਸਣਾ ਚਾਹੁੰਦਾ ਮੋਦੀ ਨੂੰ ਕਿ ਇੱਥੇ ਰਾਵਣ ਦੀ ਲੰਕਾ ਨਹੀਂ ਬਚੀ ਜੀ, ਸਿਉਣੇ 'ਚ ਲੰਕਾ ਬਣਾਈ ਹੋਈ ਤੀ ਉਹਨੇ। ਇਹ ਤਾਂ ਫਿਰ ਵੀ ਤੁਹਾਡਾ 10 ਸਾਲਾਂ ਦਾ ਰਾਜ ਹੈ। ਹੁਣ ਮੈਂ ਤੁਹਾਨੂੰ ਵੀਰ ਜੀ ਕਹਿੰਦਾ ਕਿ ਮੋਦੀ ਦੀਆਂ ਜੜ੍ਹਾਂ ਪੱਟੀਆਂ ਗਈਆਂ ਜੀ ਸਾਡੇ ਤਾਂ ਕੋਲ। ਬਿਲਕੁਲ, ਇਹਨਾਂ ਦਾ ਕਹਿਣਾ ਕਿ ਜੜ੍ਹਾਂ ਪੱਟੀਆਂ ਗਈਆਂ, ਅਸੀਂ ਅੱਗੇ ਵੱਲ ਨੂੰ ਜਾਵਾਂਗੇ ਕਿ ਕਿਵੇਂ ਤਸਵੀਰਾਂ ਹੋ ਰਹੀਆਂ ਨੇ ਅੱਗੇ, ਭਾਨਾ ਸਿੱਧੂ ਹੋ ਰਹੀ, ਸੁੱਖ ਜਗਰਾਓ ਹੋ ਰਹੀ ਨੇ, ਕਿ ਉਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਨੇ ਜੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਮੈਂ ਹਰੀਸ਼ ਨੂੰ ਕਹਾਂਗਾ ਕਿ ਨਾਲ ਨਾਲ ਆਈ ਜਾਣਗੇ ਤਾਂ ਲਗਾਤਾਰ ਜਿਹੜੀ ਹੈ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ। ਸੁੱਖ ਜਗਰਾਓ, PP ਸੁਖਵਿੰਦਰ ਸਾਡੇ ਨਾਲ ਨੇ, ਇਹ ਕਾਰਵਾਈਆਂ ਹੋ ਰਹੀਆਂ ਨੇ। ਸੁਖਵਿੰਦਰ ਬਾਈ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ? ਬਸ ਦੇਖ ਰਹੇ ਹਾਂ ਜੀ, ਪੰਜਾਬ ਅਤੇ ਦਿੱਲੀ ਦਾ ਮੁਕਾਬਲਾ ਚੱਲ ਰਿਹਾ, ਜੋ ਸੁੱਖ ਪੰਜਾਬ ਅਤੇ ਦਿੱਲੀ ਦਾ ਮੁਕਾਬਲਾ ਚੱਲ ਰਿਹਾ। ਅੱਗੇ ਆਪਾਂ ਯੁੱਧ ਵੇਖਦੇ ਹੁੰਦੇ ਸੀ ਹਿੰਦੁਸਤਾਨ ਪਾਕਿਸਤਾਨ ਦਾ, ਕਾਫੀ ਦੇਖੇ ਆ, ਪਰ ਪਹਿਲਾਂ ਦੇਖ ਰਿਹਾ ਜਿਹੜਾ ਵਾ ਪੰਜਾਬ ਦਾ ਮੁਕਾਬਲਾ ਦਿੱਲੀ ਨਾਲ ਹਿੰਦੁਸਤਾਨ ਨਾਲ ਚੱਲ ਰਿਹਾ। ਬਾਰਡਰ ਪੂਰਾ ਸੀਲ ਕੀਤੇ ਹੋਏ ਆ, ਤਾਰਾਂ ਲੱਗੀਆਂ ਹੋਈਆਂ, ਅੱਗੇ ਪੂਰੀ ਫਾਇਰਿੰਗ ਹੋ ਰਹੀ ਆ, ਬੰਬ ਡਿੱਗ ਰਹੇ ਆ, ਇੱਕ ਪਾਸੇ ਅਸਲਿਆਂ ਲੈਸ ਆ ਫੋਰਸ, ਇੱਕ ਪਾਸੇ ਜਿਹੜੇ ਉਹ ਖਾਲੀ ਹੱਥੀ ਆ, ਪਰ ਮੁਕਾਬਲਾ ਬਰਾਬਰ ਚੱਲਦਾ ਪਿਆ। ਸੁੱਖ ਬਈ ਤੁਸੀਂ ਕਿਵੇਂ ਦੇਖਦੇ ਹੋ ਇਹ ਚੀਜ਼ਾਂ ਜਿਹੜੀਆਂ ਨੇ? ਬਹੁਤ ਮੁਸ਼ਕਲ ਹੋ ਰਿਹਾ ਸਾਹ ਲੈਣਾ ਵੀ, ਬੜੇ ਨੌਜਵਾਨਾਂ ਦੇ ਸੱਟਾਂ ਵੱਜ ਗਈਆਂ, ਇਹ ਫਿਰ ਕਿਵੇਂ ਜਵਾਬ ਦਿੱਤਾ ਜਾਏਗਾ ਸਾਰੀਆਂ ਚੀਜ਼ਾਂ? ਨਹੀਂ ਦੇਖੋ ਦੇਖੋ, ਚਾਹੀਦਾ ਨਹੀਂ ਸਰਕਾਰ ਨੂੰ ਆਪਦੀ, ਜਿਹੜੇ ਲੋਕ ਨੇ ਉਹਨਾਂ ਨਾਲ ਇਹ ਨਹੀਂ ਚਾਹੀਦਾ। ਇਹ ਕੀ ਅਫਗਾਨਿਸਤਾਨੀ ਨੇ, ਇਹ ਤਾਲਿਬਾਨੀ ਲੋਕ ਨੇ ਜਿਹਨਾਂ ਨਾਲ ਤੁਸੀਂ ਇੱਦਾਂ ਟ੍ਰੀਟ ਕਰ ਰਹੇ ਹੋ? ਯਾਰ ਅਸੀਂ 80% 90% ਕੁਰਬਾਨੀਆਂ ਸਾਡੀ ਕੌਮ ਦੀਆਂ ਨੇ ਇਸ ਦੇਸ਼ ਲਈ। ਦਿੱਲੀ ਵਿੱਚ 9ਵੇਂ ਪਾਤਸ਼ਾਹ ਨੇ ਸੀਸ ਦਿੱਤਾ, ਯਾਰ ਤੁਸੀਂ ਸਾਡੇ ਨਾਲ ਇੱਦਾਂ ਟ੍ਰੀਟ ਕਰੋਗੇ? ਕੀ ਇਹ ਜਾਇਜ਼ ਆ ਯਾਰ? ਆਪਦੇ ਲੋਕਾਂ ਨਾਲ ਕਦੇ ਵੀ ਸਰਕਾਰਾਂ ਇੱਦਾਂ ਨਹੀਂ ਕਰਦੀਆਂ ਹੁੰਦੀਆਂ। UN ਨੂੰ ਸਖ਼ਤ ਇਹ 'ਤੇ ਸਟੈਂਡ ਲੈਣਾ ਚਾਹੀਦਾ ਯਾਰ, ਦੇਖਣਾ ਚਾਹੀਦਾ। ਮੋਦੀ ਨੂੰ ਮੈਂ ਤਾਂ ਕਹਿੰਦਾ ਯਾਰ ਇਹ ਕੌਮ, ਇਹ ਇਸ ਦੇਸ਼ ਦੇ ਉਹ ਬੰਦੇ ਨੇ ਜਿਨ੍ਹਾਂ ਨੇ ਇਸ ਦੇਸ਼ ਦੀ ਰੱਖ ਲਈ, ਆਪਦੀਆਂ ਜਾਨਾਂ ਵਾਰੀਆਂ ਨੇ, ਸੋ ਇਹਨਾਂ ਨਾਲ ਇੱਦਾਂ ਟ੍ਰੀਟ ਨਾ ਕਰ। ਜੇ ਕੋਈ ਗੱਲ ਹੈ ਇਹਨਾਂ ਦੀ MSP ਦੇ, ਸਾਡੀ MSP ਦੇ, ਅਸੀਂ ਆਪਦੇ ਘਰਾਂ ਨੂੰ ਜਾਈਏ।